ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਅਤੇ ਸਰੋਤੇ ਜਿਹੜੇ ਸਾਡੇ ਨਾਲ ਨੌਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਰਸ, ਅਸੀਂ ਦੇਖਦੇ ਹਾਂ ਕਿ ਲੰਘੀ 1 ਜੂਨ ਨੂੰ ਬਰਗਾੜੀ ਦੇ ਵਿੱਚ ਬਰਗਾੜੀ ਇਨਸਾਫ ਮੋਰਚੇ ਦੀ ਸ਼ੁਰੂਆਤ ਹੋਈ ਸੀ। 3 ਮੁੱਖ ਮੰਗਾਂ ਨੇ ਇਸ ਮੋਰਚੇ ਦੀਆਂ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਸਾਲਾਂ ਦੇ ਵਿੱਚ, ਪਿਛਲੇ ਮਹੀਨਿਆਂ ਦੇ ਵਿੱਚ ਹੋਈਆਂ ਨੇ, ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ, ਜਿਹੜੇ ਸਿੱਖ ਸਿਆਸੀ ਕੈਦੀ ਨੇ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ, ਅਤੇ ਜਿਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਉਹਨਾਂ ਨੂੰ ਤਬਦੀਲ ਕਰਨ ਦੀ ਜਿਹੜੀ ਮੰਗ ਹੈਗੀ ਹੈ, ਇਹ ਬਰਗਾੜੀ ਇਨਸਾਫ ਮੋਰਚੇ ਦੀਆਂ ਮੇਨ ਮੰਗਾਂ ਹੈਗੀਆਂ ਨੇ। ਸਰਬੱਤ ਖਾਲਸਾ 2015 ਵੱਲੋਂ ਥਾਪੇ ਗਏ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਮੋਰਚੇ ਦੀ ਸ਼ੁਰੂਆਤ 1 ਜੂਨ ਨੂੰ ਕੀਤੀ ਗਈ ਸੀ। ਜਦੋਂ ਅਸੀਂ ਇਸ ਮੋਰਚੇ ਬਾਰੇ ਗੱਲਬਾਤ ਕਰਦੇ ਹਾਂ ਤਾਂ ਇਸ ਮੋਰਚੇ ਦੀ ਜਦੋਂ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਉਹ ਜਥੇਦਾਰ ਧਿਆਨ ਸਿੰਘ ਮੰਡ ਦੀ ਹੋਵੇ ਜਾਂ ਹੋਰ ਜਿਹੜੇ ਆਗੂ ਉੱਥੇ ਹੈਗੇ ਉਹਨਾਂ ਦੀ ਗੱਲ ਕਰਦੇ ਹਾਂ, ਤਾਂ ਸਰਕਾਰ ਵੱਲੋਂ ਕਿਤੇ ਨਾ ਕਿਤੇ ਇਹ ਆਸ਼ਵਾਸਨ ਜ਼ਰੂਰ ਦਿੱਤੇ ਜਾਂਦੇ ਰਹੇ ਆ ਕਿ ਇਹਦੇ 'ਤੇ ਕਾਰਵਾਈ ਹੋ ਰਹੀ ਹੈ। ਪਰ ਰੀਸੈਂਟਲੀ ਅਸੀਂ ਦੇਖਦੇ ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਹੈਗੀ ਹੈ ਉਹ ਜਿਹੜੀ ਪੰਜਾਬ ਸਰਕਾਰ ਨੂੰ ਸੌਂਪੀ ਗਈ ਹੈ ਭਾਗਾਂ ਦੇ ਵਿੱਚ। ਕੱਲ੍ਹ ਉਹਨਾਂ ਨੇ, ਜਸਟਿਸ ਰਣਜੀਤ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਆਖਰੀ ਭਾਗ ਹੈਗਾ ਰਿਪੋਰਟ ਦਾ ਉਹ ਵੀ ਸੌਂਪ ਦਿੱਤਾ ਹੈ। ਉਹ ਔਨਲਾਈਨ ਵੀ ਜਿਹੜੀ ਹੈ ਉਹ ਨਸ਼ਰ ਹੋ ਚੁੱਕੀ ਹੈ, ਹੁਣ ਉਹ ਪਬਲਿਕ ਡੋਮੇਨ ਦੇ ਵਿੱਚ ਹੈਗੀ ਹੈ। ਪਰ ਕਿਤੇ ਨਾ ਕਿਤੇ ਸਰਕਾਰ ਉਸ ਰਿਪੋਰਟ 'ਤੇ ਐਕਟ ਕਰਨ ਦੇ ਵਿੱਚ ਜਿਹੜੀ ਹੈ ਉਹ ਬਹੁਤ ਦੇਰੀ ਕਰ ਰਹੀ ਹੈ। ਇੱਦਾਂ ਦੀਆਂ ਗੱਲਾਂ ਸਿੱਖ ਸਫਾਂ ਦੇ ਵਿੱਚ ਵੀ ਹੈਗੀਆਂ ਨੇ ਅਤੇ ਓਪੋਜੀਸ਼ਨ ਵੱਲੋਂ ਵੀ ਇਹ ਜਿਹੜੇ ਇਲਜ਼ਾਮ ਨੇ ਉਹ ਲਾਏ ਜਾ ਰਹੇ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ, ਸਿੱਖਾਂ ਵੱਲੋਂ ਖਾਸ ਤੌਰ 'ਤੇ ਜਿਹੜੇ ਮੋਰਚੇ ਦੇ ਆਗੂ ਹੈਗੇ ਆ ਉਹਨਾਂ ਵੱਲੋਂ ਸਿੱਖ ਕੌਮ ਦੇ ਅੱਗੇ ਅਪੀਲ ਕੀਤੀ ਗਈ ਹੈ ਕਿ ਆਉਂਦੀ 21 ਅਗਸਤ ਨੂੰ ਭਾਰਤ ਦੀਆਂ ਜਿਹੜੀਆਂ ਅੰਬੈਸੀਆਂ ਅਤੇ ਕੌਂਸਲੇਟ ਹੈਗੇ ਆ ਉਹ ਦੁਨੀਆ ਭਰ ਦੇ ਵਿੱਚ ਜਿਹੜੇ ਜਿਹੜੇ ਸ਼ਹਿਰਾਂ ਦੇ ਵਿੱਚ ਸਿੱਖ ਵਸਦੇ ਆ ਉੱਥੇ ਜਾ ਕੇ ਪ੍ਰੋਟੈਸਟ ਕਰਨ। ਇੱਕ ਐਕਸ਼ਨ ਜਿਹੜਾ ਹੈਗਾ ਇੰਟਰਨੈਸ਼ਨਲ ਐਕਸ਼ਨ ਡੇ ਵਜੋਂ ਮਨਾਉਣ ਦੀ ਜਿਹੜੀ ਗੱਲ ਹੈਗੀ ਹੈ ਉਹ ਕੀਤੀ ਗਈ ਹੈ, ਅਤੇ ਆਉਂਦੀ 21 ਅਗਸਤ ਨੂੰ ਜਿਹੜੇ ਪ੍ਰੋਟੈਸਟ ਹੈਗੇ ਆ ਇੰਡੀਅਨ ਕੌਂਸਲੇਟਸ ਅਤੇ ਅੰਬੈਸੀਜ਼ ਦੇ ਬਾਹਰ ਉਹ ਸਿੱਖਾਂ ਵੱਲੋਂ ਉਲੀਕੇ ਜਾ ਰਹੇ ਆ। ਸੋ ਇਸ ਸਾਰੇ ਗੱਲਬਾਤ, ਇਸ ਸਾਰੇ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ, ਨਾਲੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈਗੀ ਹੈ ਇਹਦੇ ਐਗਜ਼ੈਕਟਲੀ ਇਹਦੇ ਵਿੱਚ ਕੀ ਤੱਥ ਸਾਡੇ ਸਾਹਮਣੇ ਆਉਂਦੇ ਆ ਅਤੇ ਸਰਕਾਰ ਇਹਦੇ 'ਤੇ ਐਕਟ ਕਿਉਂ ਨਹੀਂ ਕਰ ਰਹੀ। ਸੋ ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅਕਾਲੀ ਦਲ ਅੰਮ੍ਰਿਤਸਰ USA ਦੇ ਜਿਹੜੇ ਕਨਵੀਨਰ ਹੈਗੇ ਆ ਸਰਦਾਰ ਬੂਟਾ ਸਿੰਘ ਖੜੌਤ ਸਾਡੇ ਨਾਲ ਫੋਨ ਲਾਈਨ 'ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੂਟਾ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਅਮਰਦੀਪ ਸਿੰਘ ਜੀ ਤੇ ਟੈਲੀਵਿਜ਼ਨ 84 ਦਾ, ਜਿਹਨਾਂ ਨੇ ਇਹ ਦਰਦ ਨੂੰ ਮਹਿਸੂਸ ਕਰਦਿਆਂ ਹੋਇਆਂ ਦਾਸ ਨੂੰ ਵੀ ਆਪ ਜੀ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ। ਜੀ ਬੂਟਾ ਸਿੰਘ ਜੀ, ਸ਼ੁਰੂਆਤ ਇੱਥੋਂ ਹੀ ਕਰੀਏ, ਨਾਲੇ ਤਾਂ ਜਿੱਥੇ ਮੋਰਚਾ ਵੀ ਨਿਰੰਤਰ ਜਾਰੀ ਹੈ 1 ਜੂਨ ਤੋਂ ਤਕਰੀਬਨ 2.5 ਮਹੀਨੇ ਹੋ ਚੁੱਕੇ ਆ, ਅਤੇ ਜਿਹੜੀ ਸਰਕਾਰ ਹੈਗੀ ਹੈ ਉਹ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਇਸ ਮੁੱਦੇ ਦੇ ਉੱਪਰ ਰਿਪੋਰਟ ਵੀ ਜਿਹੜੀ ਹੈਗੀ ਹੈ ਉਹ ਸਰਕਾਰ ਦੇ ਕੋਲ ਮੌਜੂਦ ਹੈ, ਪਰ ਓਪੋਜੀਸ਼ਨ ਵੱਲੋਂ ਸਿੱਖ ਸਫਾਂ ਦੇ ਵਿੱਚੋਂ ਵੀ ਇਹ ਗੱਲ ਉੱਠ ਕੇ ਸਾਹਮਣੇ ਆਉਂਦੀ ਹੈ ਕਿ ਸਰਕਾਰ ਐਕਟ ਨਹੀਂ ਕਰ ਰਹੀ। ਤੁਸੀਂ ਕੀ ਸਮਝਦੇ ਹੋ ਕਿ ਸਰਕਾਰ ਦੇ ਨਾ ਐਕਟ ਕਰਨ ਦਾ ਕਾਰਨ ਕੀ ਹੈ, ਅਤੇ ਖਾਸ ਤੌਰ 'ਤੇ ਜਦੋਂ ਰਿਪੋਰਟ ਦੇ ਵਿੱਚ ਜਿਹੜੇ ਕਲਪ੍ਰਿਟਸ ਹੈਗੇ ਆ, ਦੋਸ਼ੀ ਹੈਗੇ ਆ, ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਹੋਵੇ ਅਤੇ ਇਹਦੀ ਜਿਹੜੀ ਜਾਂਚ ਹੈਗੀ ਹੈ ਉਹ ਅੱਗੇ
ਸੀਬੀਆਈ ਨੂੰ ਸੌਂਪਣ ਦਾ ਕੀ ਮਤਲਬ ਹੈ? ਦੇਖੋ ਜੀ, ਮੈਂ ਸਮਝਦਾ ਕਿ ਇਲੈਕਸ਼ਨਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖੁਦ ਬਰਗਾੜੀ ਦੇ ਵਿੱਚ ਇਹ ਓਥ ਲੈ ਕੇ ਗਏ ਸੀ ਕਿ ਮੈਂ ਬਰਗਾੜੀ ਦਾ ਇਨਸਾਫ ਸਿੱਖ ਕੌਮ ਨੂੰ ਦੇਵਾਂਗਾ ਜੀ। ਤੇ ਉਹ ਤੋਂ ਬਾਅਦ ਬਰਗਾੜੀ ਇੱਕ ਨੂੰ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਨੇ ਜਿਹੜਾ ਮੋਰਚਾ ਲਾ ਦਿੱਤਾ, ਤੇ ਜਿਹੜਾ ਮੋਰਚਾ ਆਪਣੀਆਂ ਬੁਲੰਦੀਆਂ ਛੂਹ ਰਿਹਾ, ਆਪ ਮਹਾਰੇ ਸਰ ਸੰਗਤ ਜਿਹੜੀ ਪੰਜਾਬ ਦੀ ਆ ਉਹ ਬਰਗਾੜੀ ਨੂੰ ਪੂਜ ਕਰ ਰਹੀ ਆ। ਹਰੇਕ ਦਿਨ ਐਵਰੀ ਸਿੰਗਲ ਡੇ ਜਿਹੜਾ ਮੋਰਚਾ ਆਪਣੇ ਆਪ ਚ ਬੁਲੰਦੀਆਂ ਵੱਲ ਜਾ ਰਿਹਾ। ਜਿੱਥੋਂ ਤੱਕ ਡਿਸਟ੍ਰਿਕਟ ਰਣਜੀਤ ਸਿੰਘ ਉਹਨਾਂ ਦੀ ਰਿਪੋਰਟ ਹੈ, ਉਸ ਰਿਪੋਰਟ ਦੇ ਵਿੱਚ ਜਿਹਨਾਂ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ, ਪਹਿਲਾਂ ਨੇ ਛੋਟੇ ਲੈਵਲ ਦੇ ਜਿਹੜੇ ਅਫਸਰ ਐਸ ਪੀ ਜਾਂ ਐਸ ਪੀ ਜਾਂ ਇੰਸਪੈਕਟਰ ਵਗੈਰਾ ਤੇ ਐਫ ਆਈ ਆਰ ਲੌਡ ਕੀਤੀ ਸੀਗੀ ਜੀ। ਹੁਣ ਜਿਹੜੀ ਉਹ ਤੋਂ ਬਾਅਦ ਜਿਹੜੇ ਨਾਮਜ਼ਦ ਜਿਵੇਂ ਪ੍ਰਕਾਸ਼ ਸਿੰਘ ਬਾਦਲ, ਮਨਤਾਰ ਸਿੰਘ ਬਰਾੜ, ਸਮੀਰ ਸੈਣੀ ਜਾਂ ਉਮਰਾ ਨੰਗਲ ਦਾ ਨਾਂ ਜਿਹੜਾ ਆਉਂਦਾ, ਕਿਉਂਕਿ ਉਸ ਵੇਲੇ ਪਰਮਰਾਜ ਉਮਰਾ ਨੰਗਲ ਜਿਹੜਾ ਇਹ ਲੁਧਿਆਣੇ ਦਾ ਕਮਿਸ਼ਨਰ ਸੀਗਾ, ਪੁਲਿਸ ਕਮਿਸ਼ਨਰ, ਇਹ ਵੀ ਉੱਥੇ ਗਿਆ ਹੋਇਆ ਸੀਗਾ। ਸਮੱਸਿਆ ਇਸ ਗੱਲ ਦੀ ਆ ਵੀ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਵਾਸਤੇ ਕਦੇ ਵੀ ਇਹੋ ਜਿਹੇ ਇੰਸੀਡੈਂਟ ਨਾ ਤਾਂ ਮੁਗਲੀਆ ਹਕੂਮਤ ਦੇ ਵਿੱਚ ਹੋਏ ਤੇ ਨਾ ਕਦੇ ਅੰਗਰੇਜ਼ ਹਕੂਮਤ ਦੇ ਵਿੱਚ ਹੋਏ, ਤੇ ਹੋਏ ਵੀ ਹਕੂਮਤ ਉਹਦੇ ਵਿੱਚ ਜਿਹਨੂੰ ਕੌਮ ਨੇ ਪੰਥ ਮੰਨਿਆ, ਜਿਹਨੂੰ ਪੰਥ ਦੀ ਸਰਕਾਰ ਕਿਹਾ। ਸਮੱਸਿਆ ਇਸ ਗੱਲ ਦੀ ਆ ਕਿ ਉਸੇ ਪੀਰੀਅਡ ਦੇ ਵਿੱਚ 2015 ਦੇ ਵਿੱਚ ਇੱਕ ਸਿਰਸੇ ਡੇਰੇ ਦੀ ਮੂਵੀ ਆਉਂਦੀ ਆ, ਉਹਨਾਂ ਨੇ 4 ਦਿਨ ਰੇਲਾਂ ਬੰਦ ਕਰ ਛੱਡੀਆਂ, ਟ੍ਰੈਫਿਕ ਬੰਦ ਕਰ ਛੱਡਿਆ, ਉਹ ਤੋਂ ਬਾਅਦ ਕਿਸਾਨ ਅੰਦੋਲਨ ਆਉਂਦਾ, ਕਿਸੇ ਤੇ ਕੋਈ ਗੋਲੀ ਨਹੀਂ ਚਲਾਈ ਗਈ, ਕਿਸੇ ਤੇ ਕੋਈ ਡਾਂਗ ਨਹੀਂ ਮਾਰੀ ਗਈ, ਇੱਕ ਪੀਸਫੁਲ ਤਰੀਕੇ ਨਾਲ ਡੈਮੋਸਟ੍ਰੇਸ਼ਨ ਕਰਦਿਆਂ ਸਿੱਖਾਂ ਦੇ ਉੱਤੇ ਉਹ ਵੀ ਗੋਲੀਆਂ, ਪੱਕੀਆਂ ਗੋਲੀਆਂ ਚਲਾ ਦੇਣੀਆਂ, ਜਾਂ ਕੋਈ ਅੱਥਰੂ ਗੈਸ ਛੱਡੀ ਜਾਂਦੀ, ਜਾਂ ਕੋਈ ਛੱਡੀ ਵੀ ਹੋ ਜਾਂਦੀ, ਉਹ ਤਾਂ ਇੱਕ ਪੀਸਫੁਲ ਡੈਮੋਸਟ੍ਰੇਸ਼ਨ ਕਰ ਰਹੇ ਜੀ। ਸੋ ਮੇਰੇ ਖਿਆਲ ਤੋਂ ਭਾਵੇਂ ਸਾਲ ਦੇ ਵਿੱਚ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਨੇ 1 ਜੂਨ ਨੂੰ ਜਿਹੜਾ ਮੋਰਚਾ ਲਾਇਆ, ਇਨਸਾਫ਼ ਮੋਰਚਾ, ਜਿਹੜਾ ਤੁਸੀਂ ਗੱਲ ਕਰ ਚੁੱਕੇ ਆ, ਜਿਹਦੇ ਵਿੱਚ 3 ਮੁੱਦੇ ਬੜੇ ਕਲੀਅਰ ਨੇ। ਬਰਗਾੜੀ ਕਾਂਡ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਗੀ ਕੀਤੀ ਆ, ਉਹਨਾਂ ਦੋਸ਼ੀਆਂ ਨੂੰ ਫੜਨਾ, ਜਾਂ ਜਿਹੜੀਆਂ ਉਹ ਤੋਂ ਬਾਅਦ ਹੋਰ ਘਟਨਾਵਾਂ ਹੋਈਆਂ ਉਹਨਾਂ ਲੋਕਾਂ ਨੂੰ ਕਟਹਿਰੇ 'ਚ ਖੜਾ ਕਰਨਾ ਜੀ, ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜੇ ਕਰਨਾ, ਤੀਜਾ ਜਿਹੜੇ ਸਾਡੇ ਬੰਦੀ ਸਿੰਘ ਨੇ ਜਿਹੜੇ 30-30 ਸਾਲ ਤੋਂ ਜੇਲ੍ਹਾਂ ਦੇ ਵਿੱਚ ਨੇ, ਜਿਹਨਾਂ ਦੀਆਂ ਜੇਲ੍ਹਾਂ ਪੂਰੀਆਂ ਵੀ ਹੋ ਚੁੱਕੀਆਂ, ਉਹਨਾਂ ਨੂੰ ਰਿਲੀਜ਼ ਕਰਨਾ ਜਾਂ ਪਰੋਲ ਤੇ ਲਿਆਉਣਾ, ਜਾਂ ਜਿਹੜੇ ਸਾਡੇ ਬੰਦੀ ਸਿੰਘ ਬਾਹਰਲੀਆਂ ਸਟੇਟਾਂ ਦੇ ਵਿੱਚ ਨੇ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਲੈ ਆਉਣਾ, 3 ਮੁੱਦੇ ਨੇ ਔਰ ਕਾਨੂੰਨ ਦੇ ਦਾਇਰੇ ਵਿੱਚ ਨੇ 3 ਮੁੱਦੇ। ਰਿਪੋਰਟ ਆਉਣ ਤੋਂ ਬਾਅਦ ਇਹ ਸਾਰਿਆਂ ਨੂੰ ਪਤਾ ਔਰ ਸਾਨੂੰ ਵੀ ਇਸ ਗੱਲ ਦਾ ਪਤਾ, ਤੁਹਾਨੂੰ ਵੀ ਪਤਾ, ਮੀਡੀਆ ਨੂੰ ਵੀ ਪਤਾ, ਕੈਪਟਨ ਅਮਰਿੰਦਰ ਸਿੰਘ ਤੇ ਸੈਂਟਰ ਜਿਹੜਾ ਆ ਉਹ ਬਾਦਲਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਉਣ ਤੇ ਲੱਗਾ ਹੋਇਆ। ਹੁਣ ਇਹਨਾਂ ਨੇ ਖਾਸ ਵਿਧਾਨ ਸਭਾ ਦਾ ਸੈਸ਼ਨ 24-28 ਅਗਸਤ ਨੂੰ ਰੱਖਿਆ, ਉਹਦੇ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੀ ਸਾਰੀ ਬਹਿਸ ਹੋਣੀ ਆ, ਉਹ ਤੋਂ ਬਾਅਦ ਸਾਰਾ ਕੁਛ ਆਪਣੇ ਸਾਹਮਣੇ ਆਊਗਾ। ਪਹਿਲੀ ਗੱਲ ਇਹ ਆ ਕਿ ਜਿਸ ਦਿਨ ਮਜੀਠੀਏ ਦਾ ਕੇਸ ਆਇਆ ਸੀ ਡਰੱਗ ਦਾ, ਉਦੋਂ ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਵੀ ਸੀਬੀਆਈ ਨੂੰ ਦੇਣ ਦੀ ਲੋੜ ਨਹੀਂ, ਤੇ ਹੁਣ ਇਹਨਾਂ ਨੂੰ ਸੀਬੀਆਈ ਨੂੰ ਇਹ ਕੇਸ ਦੇਣ ਦੀ ਕੀ ਲੋੜ ਪੈ ਗਈ ਆ। ਇੱਕ ਤੀਸਰੀ ਗੱਲ ਇਹ ਆ ਕਿ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਜਦ ਕੀਤਾ ਗਿਆ, ਬਲਕਿ ਗ੍ਰਹਿ ਮੰਤਰੀ ਜਿਹੜਾ ਉਸ ਵੇਲੇ ਦਾ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਹੈ, ਉਹਨੂੰ ਕਿਉਂ ਬਚਾਇਆ ਗਿਆ? ਸੋ ਇਹ ਗੱਲਾਂ ਸਾਰੀਆਂ ਜਿਹੜੀਆਂ ਅਜੇ ਸ਼ੱਕ ਦੇ ਘੇਰੇ ਦੇ ਵਿੱਚ ਨੇ, ਜਿਹੜਾ 24-28 ਦੇ ਵਿੱਚ ਇਹਨਾਂ ਦਾ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਉਹਦੇ ਵਿੱਚ ਵੱਡੇ ਲੈਵਲ ਤੇ ਬਹਿਸ ਹੋਵੇਗੀ, ਉਹ ਇਹ ਵਿੱਚੋਂ ਜੋ ਨਿਕਲ ਕੇ ਸਾਹਮਣੇ ਆਏਗਾ
ਉਹਦੇ ਬਾਅਦ ਫਿਰ ਆਪਾਂ ਨੂੰ ਕਾਫੀ ਹੋਰ ਗੱਲਬਾਤ ਦਾ ਸਾਰਾ ਪਤਾ ਲੱਗੂ। ਜੀ ਬੂਟਾ ਸਿੰਘ ਜੀ, ਤੁਹਾਨੂੰ ਲੱਗਦਾ ਵੀ ਸਰਕਾਰ ਇਹ ਸਾਰੇ ਪਾਰਟ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੀ ਹੈ? ਕਿਉਂਕਿ ਜਦੋਂ ਰਿਪੋਰਟ ਸਾਹਮਣੇ ਹੈਗੀ ਹੈ, ਰਿਪੋਰਟ ਦੇ ਵਿੱਚ ਡਿਟੇਲਸ ਮੌਜੂਦ ਨੇ, ਰਿਪੋਰਟ ਹੁਣ ਪਬਲਿਕ ਡੋਮੇਨ ਦੇ ਵਿੱਚ ਵੀ ਆ ਚੁੱਕੀ ਹੈ, ਤੇ ਇਤੋਂ ਇਹਦੇ ਇਸ ਸਾਰੇ ਘਟਨਾਕ੍ਰਮ ਦੇ ਹੁੰਦਿਆਂ ਕੈਪਟਨ ਸਰਕਾਰ ਵੱਲੋਂ ਜਾਂਚ CBI ਨੂੰ ਦੇਣ ਦਾ ਕੀ ਮਤਲਬ ਕੀ ਰਹਿ ਜਾਂਦਾ ਇਸ ਪਾਰਟ ਦਾ? ਮੈਂ ਸਮਝਦਾ, ਦੇਖੋ ਜੀ, ਜਿਸ ਦਿਨ ਕੈਪਟਨ ਸਾਹਿਬ ਨੇ CBI ਨੂੰ ਦੇਣ ਦੀ ਗੱਲ ਕੀਤੀ ਸੀ, ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਨੇ ਤੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਹੋਣਾਂ ਨੂੰ ਇਹਨੂੰ ਮੰਡੋ ਰੱਦ ਕਰ ਦਿੱਤਾ ਸੀਗਾ। ਸੋ ਮੇਰਾ ਖਿਆਲ ਆ ਕਿ ਮੋਰਚੇ ਦੇ ਜਿਹੜੇ ਪ੍ਰਬੰਧਕ ਨੇ ਜਾਂ ਮੋਰਚਾ ਚਲਾਉਣ ਵਾਲੇ ਨੇ ਉਹ ਇਹਦੇ ਨਾਲ ਬਿਲਕੁਲ ਐਗਰੀ ਨਹੀਂ ਹੋਣਗੇ। ਜਿਹੜੀ CBI ਨੂੰ ਰਿਪੋਰਟ ਦਿੱਤੀ ਆ ਉਹ ਇੱਕ ਠੰਡੇ ਬਸਤੇ ਵਿੱਚ ਪਾਉਣ ਲਈ। ਤੁਸੀਂ ਮੈਨੂੰ ਦੱਸੋ ਜੀ, 35 ਸਾਲ ਚ 35-36 ਸਾਲ ਹੋ ਗਏ ਨੇ 1984 ਦਾ ਜੈਨੋਸਾਈਡ, ਉੱਥੇ CBI ਨੇ ਕੀ ਕਰ ਦਿੱਤਾ? 35 ਸਾਲ ਦੇ ਬੱਚੇ ਜਸਟਿਸ CBI ਨੂੰ ਦੇ ਸਕੇ ਸਿੱਖਾਂ ਨੂੰ, ਤੇ ਇਹ ਜਸਟਿਸ ਕਿੰਨੇ ਮਿਲ ਜਾਊਗਾ? ਜਦੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚ ਬੜਾ ਕਲੀਅਰ ਹੈ, ਪੰਜਾਬ ਦੇ ਕੋਲ ਪੁਲਿਸ ਹੈ, ਐਨਫੋਰਸਮੈਂਟ ਏਜੰਸੀਆਂ ਨੇ ਇਹਨਾਂ ਦੇ ਕੋਲ, ਉਹਨਾਂ ਦੇ ਉੱਤੇ ਕੇਸ ਦਰਜ ਕਰਕੇ ਮੁਕਦਮੇ ਚਲਾਏ ਜਾਣ, ਹੁਣ CBI ਦੀ ਕੀ ਲੋੜ ਰਹਿ ਗਈ ਆ? ਸੋ ਇਹਦੇ ਸੰਬੰਧ ਦੇ ਜਿਹੜਾ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਇਸ ਮੋਰਚੇ ਨੂੰ ਇੰਟਰਨੈਸ਼ਨਲ ਪੱਧਰ ਤੇ ਬਾਹਰਲੇ ਸਿੱਖਾਂ ਨੂੰ ਇਹਦੇ ਵਿੱਚ ਸ਼ਾਮਿਲ ਕਰਨ ਵਾਸਤੇ ਜਥੇਦਾਰ ਸਹਿਬਾਨਾਂ ਨੇ 21 ਤਰੀਕ ਦਾ ਭਾਈ ਧਿਆਨ ਸਿੰਘ ਮੰਡੋਲਾ ਨੇ ਸੰਦੇਸ਼ ਦਿੱਤਾ ਸੀ ਬਾਹਰਲੀਆਂ ਸਿੱਖਾਂ ਸਿੱਖ ਸੰਗਤਾਂ ਨੂੰ ਕਿ 21 ਤਰੀਕ ਨੂੰ ਇੱਕ ਐਕਸ਼ਨ ਡੇ ਮਨਾਇਆ ਜਾਵੇ ਸਾਰੇ ਸੰਸਾਰ ਭਰ ਦੇ ਵਿੱਚ। 21 ਤਰੀਕ ਨੂੰ ਇੰਡੀਆ ਦੇ ਸਫਾਰਤਖਾਨਿਆਂ ਦੇ ਮੋਹਰੇ ਪੀਸਫੁਲ ਮੁਜ਼ਾਹਰੇ ਕੀਤੇ ਜਾਣ। ਉਹ ਹੁਣ ਆਪਣੇ ਅਮਰੀਕਾ ਦੇ ਵਿੱਚ ਜਿਵੇਂ ਨਿਊਯਾਰਕ ਦੇ ਵਿੱਚ, ਮੈਂ ਅੱਜ ਉੱਧਰੋਂ ਗੁਰਦੁਆਰਿਆਂ ਦੀ ਮੀਟਿੰਗ ਦੇ ਟੈਲੀਕਾਨਫਰੰਸ ਚੋਂ ਨਿਕਲ ਕੇ ਆਇਆ, ਨਿਊਯਾਰਕ ਦੇ ਵਿੱਚ, ਇਸੇ ਤਰ੍ਹਾਂ ਸ਼ਿਕਾਗੋ ਦੇ ਵਿੱਚ, ਇਸੇ ਤਰ੍ਹਾਂ ਵਾਸ਼ਿੰਗਟਨ DC ਦੇ ਵਿੱਚ, ਇਸੇ ਤਰ੍ਹਾਂ ਹੂਸਟਨ ਤੇ ਸੈਨ ਫਰਾਂਸਿਸਕੋ, ਸਾਰੇ ਅਮਰੀਕਾ ਦੇ ਵਿੱਚ, ਇਸੇ ਤਰ੍ਹਾਂ ਕੈਨੇਡਾ, ਇੰਗਲੈਂਡ ਤੇ ਯੂਰਪ ਦੇ ਵਿੱਚ ਹੋ ਰਹੇ ਨੇ। ਜੀ ਜੀ ਬੂਟਾ ਸਿੰਘ ਜੀ, ਜੇ ਇਸ ਰਿਪੋਰਟ ਦੇ ਵਿੱਚ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦਾ ਤੇ ਹੋਰ ਜਿਹੜੀ ਅਕਾਲੀਆਂ ਦੀ ਉਹ ਹੈਗੀ ਹੈ ਤੇ ਨਾਲ ਹੀ ਜਿਹੜੀ ਪੁਲਿਸ ਦੀ ਟੌਪ ਬਰਾਸ ਹੈਗੀ ਹੈ ਉਹਨਾਂ ਦੇ ਨਾਮ ਸ਼ਾਮਲ ਹੁੰਦੇ ਨੇ, ਤਾਂ ਅਸੀਂ ਦੇਖਦੇ ਹਾਂ ਵੀ ਜਿੱਥੇ ਅਕਾਲੀ ਦਲ ਦਾ ਜਿਹੜਾ ਸਟੈਂਡ ਹੈਗਾ ਉਹ ਹੁਣ ਕਿਤੇ ਨਾ ਕਿਤੇ ਯੂਟਰਨ ਵੱਜਦਾ ਨਜ਼ਰ ਆਉਂਦਾ। ਅਕਾਲੀਆਂ ਨੇ ਰਿਪੋਰਟ ਦੀ ਵੀ ਹੁਣ ਵਿਰੋਧਤਾ ਕੀਤੀ ਹੈਗੀ ਹੈ ਤੇ ਸਿੱਧਾ ਸਿੱਧਾ ਇਹ ਗੱਲ ਕਹੀ ਹੈ। ਅੱਜ ਸੁਖਬੀਰ ਸਿੰਘ ਬਾਦਲ ਦਾ ਜੇ ਬਿਆਨ ਦੇਖਣਾ ਹੋਵੇ ISRO ਦੇ ਵਿੱਚ, ਜੋ ਉਹਨਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਰੀ ਕਾਂਗਰਸ ਦੀ ਬੈਕਿੰਗ ਦੇ ਨਾਲ ਕੀਤਾ ਜਾ ਰਿਹਾ, ਜਿਹੜਾ ਮੋਰਚਾ ਹੈਗਾ ਬਰਗਾੜੀ ਮੋਰਚਾ, ਜਿਹੜੇ ਮਤਵਾਦੀ ਜਥੇਦਾਰ ਨੇ ਉਹਨਾਂ ਨੂੰ ਵੀ ਕਾਂਗਰਸ ਸਪੋਰਟ ਕਰ ਰਹੀ ਹੈ ਤੇ ਜਸਟਿਸ ਰਣਜੀਤ ਸਿੰਘ ਵੀ ਜਿਹੜੇ ਹੈਗੇ ਆ ਉਹ ਵੀ ਕਾਂਗਰਸ ਦੀ ਸ਼ਹਿ ਦੇ ਉੱਪਰ ਇਹ ਜਿਹੜੀ ਰਿਪੋਰਟ ਹੈਗੀ ਹੈ ਉਹ ਅਕਾਲੀਆਂ ਨੂੰ ਭੰਡਣ ਦੇ ਲਈ ਇਹ ਬਣਾਈ ਤਿਆਰ ਕੀਤੀ ਗਈ ਹੈ। ਸਰਦਾਰ ਅਮਰਜੀਤ ਸਿੰਘ ਜੀ, ਬਾਦਲ ਦੀ ਸਰਕਾਰ ਦੇ ਵਿੱਚ 6-7 ਸਾਡੇ ਨੌਜਵਾਨ ਮਾਰੇ ਇਹਨਾਂ ਨੇ, ਕਮਲਜੀਤ ਸਿੰਘ ਸਲਾਮ, ਦਰਸ਼ਨ ਸਿੰਘ ਲੋਹਾਰਾ, ਜਸਪਾਲ ਸਿੰਘ ਸਿੱਧਮਾ, ਗੁਰਜੀਤ ਸਿੰਘ ਤੇ ਕ੍ਰਿਸ਼ਨ ਧਵਾਲ ਸਿੰਘ ਇੱਥੇ ਬਰਗਾੜੀ, ਤੇ ਮੇਰੇ ਖਿਆਲ 1-2 ਸਿੰਘ ਮੇਰੇ ਕੋਲ ਹੋਰ ਵਿਸਰ ਗਏ। 7-8 ਸਿੱਖਾਂ ਨੂੰ ਇਹ ਬਾਦਲ ਸਰਕਾਰ ਸਿੱਖਾਂ ਨੂੰ ਗੋਲੀ ਮਾਰ ਚੁੱਕੀ ਆ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਇਸ ਪਰਿਵਾਰ ਨੇ ਸਿੱਖ ਕੌਮ ਦਾ ਸਿਰ ਨੀਵਾਂ ਕਰਕੇ ਰੱਖ ਦਿੱਤਾ। ਤੁਸੀਂ ਮੈਨੂੰ ਦੱਸੋ, ਆਪ ਤੇ ਗੋਲੀਆਂ ਮਾਰਨ ਵਾਲੇ ਨੇ, ਗੋਲੀਆਂ ਮਾਰ ਕੇ ਕੇਸ ਦਰਜ ਕਰਦੇ ਆ ਅਣਪਛਾਤੇ ਲੋਕਾਂ ਦੇ ਉੱਤੇ, ਤੇ ਹੁਣ ਅਣਪਛਾਤੇ ਲੋਕ ਜਿਹੜੇ ਨੇ ਉਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਚ ਕਿਵੇਂ ਆ ਗਏ ਨੇ? ਮੈਂ ਸਮਝਦਾ ਕਿ ਬਾਦਲ ਅਕਾਲੀ ਦਲ ਜਿਹੜਾ ਬਾਦਲ ਬਾਣਾ ਜਾਂ ਬਾਦਲ ਪਰਿਵਾਰ ਹੈ, ਇਹ ਬਰਗਾੜੀ ਮੋਰਚੇ ਨੇ ਲੰਮਾ ਪਾ ਦਿੱਤਾ ਔਰ ਇਹਨਾਂ ਨੂੰ
ਲੋਕਾਂ ਦੇ ਕਟਹਿਰੇ ਵਿੱਚ ਖੜਾ ਕਰਕੇ ਰੱਖ ਦਿੱਤਾ। ਹੁਣ ਇਹ ਜੋ ਕੁਛ ਮਰਜ਼ੀ ਕਰਨ, ਭਾਵੇਂ ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਨੂੰ ਪ੍ਰੋਟੈਕਟ ਕਰੇ ਜੀ, ਇਹ ਮੋਰਚਾ ਜਿਹੜਾ ਆਪਣੀਆਂ ਬੁਲੰਦੀਆਂ ਤੇ ਜਾਊਗਾ ਔਰ ਕੌਮ ਨੂੰ ਇਨਸਾਫ਼ ਲੈ ਕੇ ਦਊਗਾ ਜਿੱਥੇ ਤੱਕ ਸਾਨੂੰ ਯਕੀਨ ਹੈ ਉਹਨਾਂ ਜਥੇਦਾਰ ਸਿੰਘਾਂ ਦੇ ਉੱਤੇ। ਜੀ ਬੂਟਾ ਸਿੰਘ ਜੀ, ਤੁਹਾਨੂੰ ਲੱਗਦਾ ਵੀ ਜਿੱਥੇ ਹਾਲਾਤ ਇੱਦਾਂ ਦੇ ਹੋਣ ਪੰਜਾਬ ਦੇ ਵਿੱਚ, ਜਿੱਥੇ ਤੁਸੀਂ ਇਹ ਵੀ ਕਹਿ ਰਹੇ ਹੋ ਵੀ ਸਰਕਾਰ ਵੀ ਜਿਹੜੀ ਹੈਗੀ ਆ ਉਹ ਪ੍ਰੋਟੈਕਟ ਕਰ ਰਹੀ ਹੈ ਬਾਦਲ ਦਲ ਨੂੰ ਤੇ ਜਿਹੜੇ ਪੁਲਿਸ ਦੇ ਆਗੂ ਹੈਗੇ ਆ ਉਹਨਾਂ ਨੂੰ ਵੀ, ਸੋ ਇਹਨਾਂ ਹਾਲਾਤਾਂ ਦੇ ਵਿੱਚ ਸਿੱਖ ਕੌਮ ਵੱਲੋਂ ਜਿਹੜੀ ਆਪਸ਼ਨ ਹੁਣ ਹੈਗੀ ਹੈ ਬਰਗਾੜੀ ਇਨਸਾਫ ਮੋਰਚੇ ਦੇ ਵਿੱਚ ਜੋ ਵੀ ਵਿਉਂਤਬੰਦੀ ਚੱਲ ਰਹੀ ਹੈ ਇਹਨੂੰ ਅੱਗੇ ਲੈ ਕੇ ਜਾਣ ਦੀ, ਤੁਹਾਨੂੰ ਲੱਗਦਾ ਵੀ ਇਹ ਜਿਹੜਾ ਪ੍ਰੈਸ਼ਰ ਹੈਗਾ ਉਹ ਇਨਫ ਬਿਲਡ ਹੋ ਰਿਹਾ ਇਸ ਵਕਤ ਤੇ, ਖਾਸ ਤੌਰ ਤੇ ਜਿਹੜੀ 21 ਦਾ ਰੋਸ ਮੁਜ਼ਾਹਰੇ ਦੀ ਜਾਂ ਜਿਹੜੀ ਐਕਸ਼ਨ ਡੇ ਦੀ ਕਾਲ ਦਿੱਤੀ ਗਈ ਹੈ ਇਹ ਇਨਫ ਹੋਊਗਾ? ਦੇਖੋ ਜੀ, ਐਕਸ਼ਨ ਡੇ ਤੋਂ ਬਾਅਦ ਜਿਹੜਾ ਹੈਗਾ ਫਿਰ ਇਹਦੇ ਐਕਸ਼ਨ ਡੇ ਕਰਕੇ ਬਾਹਰਲੇ ਸਿੱਖਾਂ ਨੇ ਰਹਿ ਜਾਣਾ, ਉਹ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਵੀ ਜਥੇਦਾਰ ਸਹਿਬਾਨ ਨੂੰ ਆਊਗਾ, ਕਿਉਂਕਿ ਫਿਊਚਰ ਦੇ ਵਿੱਚ ਮੈਨੂੰ ਇਹ ਵੀ ਲੱਗਦਾ ਕਿ ਇਹੋ ਜਿਹਾ ਪ੍ਰੋਗਰਾਮ ਵੀ ਆ ਸਕਦਾ, ਜੇਲ੍ਹ ਭਰੋ ਅੰਦੋਲਨ ਵੀ ਸ਼ੁਰੂ ਹੋ ਸਕਦੇ ਨੇ, ਕੋਈ ਹੋਰ ਵੀ ਕਿਸੇ ਤਰੀਕੇ ਦਾ ਪ੍ਰੋਗਰਾਮ ਦਿੱਤਾ ਜਾ ਸਕਦਾ, ਤਿੱਖਾ ਪ੍ਰੋਗਰਾਮ ਵੀ ਦਿੱਤਾ ਜਾ ਸਕਦਾ ਅਗਰ ਸਰਕਾਰ ਨੇ ਨਾ ਇਨਸਾਫ ਦਿੱਤਾ, ਉਹ ਇਹੋ ਜਿਹਾ ਪ੍ਰੋਗਰਾਮ ਦੀ ਵੀ ਸਾਨੂੰ ਆਸ ਰੱਖਣੀ ਚਾਹੀਦੀ ਆ, ਉਹ ਇਹੋ ਜਿਹਾ ਪ੍ਰੋਗਰਾਮ ਵੀ ਆਪਾਂ ਨੂੰ ਮਿਲ ਸਕਦਾ ਜੀ। ਤੇ ਇਸੇ ਦੇ ਨਾਲ ਜਿਹੜੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ 'ਚ ਐਡ ਕਰਨਾ ਚਾਹੋਗੇ, ਕਿਉਂਕਿ ਜਿੱਥੇ ਸਰਕਾਰ ਦੀ ਗੱਲ ਹੈਗੀ ਹੈ ਉਹ ਤਾਂ ਸਾਨੂੰ ਨਜ਼ਰ ਆਉਂਦਾ ਕਿ ਸਰਕਾਰ ਪੱਲਾ ਝਾੜਨ ਦੀ ਉਹਦੇ ਵਿੱਚ ਹੈਗੀ ਹੈ, ਤਾਂ ਸਿੱਖਾਂ ਕੋਲ ਇਵੈਂਚੁਅਲੀ ਆਪਸ਼ਨ ਕੀ ਬਚਦੀ ਹੈ ਇਹ ਸਾਰੇ ਪਾਠ ਤੋਂ ਬਾਅਦ? ਹਾਂ, ਮੈਂ ਤਾਂ ਇਹ ਕਹੂੰਗਾ ਜੀ ਇਹ ਤਿੰਨੇ ਮੰਗਾਂ ਬਹੁਤ ਜਾਇਜ਼ ਨੇ, ਇਹ ਹਰ ਸਿੱਖ ਨੂੰ ਜਥੇਬੰਦੀਆਂ ਤੋਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਬਰਗਾੜੀ ਮੋਰਚੇ ਨੂੰ ਕਾਮਯਾਬ ਕਰਨਾ ਚਾਹੀਦਾ। ਅਗਰ ਅਸੀਂ ਇਹਨਾਂ ਦਾ ਡਟ ਕੇ ਇਨਸਾਫ ਲੈਂਦੇ ਹਾਂ ਤੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਨੂੰ ਪੱਕਾ ਰੋਕਾ ਲੱਗ ਜਾਏਗਾ, ਤੇ ਸਾਡੇ ਜਿਹੜੇ ਬੱਚੇ 30 ਸਾਲ ਤੋਂ ਜੇਲ੍ਹਾਂ 'ਚ ਗੜ ਰਹੇ ਨੇ ਉਹਨਾਂ ਨੂੰ ਵੀ ਇਨਸਾਫ ਦੀ ਕਿਰਨ ਜਾਗੂਗੀ, ਤੇ ਜਿਹੜਾ ਨੇ ਸਾਡੇ ਬੱਚਿਆਂ ਨੂੰ ਮਾਰਿਆ ਸ਼ਹੀਦ ਕੀਤਾ ਉਹ ਵੀ ਕਟਹਿਰੇ 'ਚ ਨੰਗੇ ਹੋ ਜਾਣਗੇ। ਸੋ ਮੈਂ ਤਾਂ ਇਹ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ, ਸਾਨੂੰ ਆਪਣੀਆਂ ਜਥੇਬੰਦੀਆਂ ਜਾਂ ਗੁਰਦੁਆਰੇ ਦੀਆਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਇਸ ਮੋਰਚੇ ਦਾ ਸਾਥ ਦੇਣਾ ਚਾਹੀਦਾ, ਤਾਂ ਕਿ ਜਿਹੜਾ ਸਾਡੀ ਕੌਮ ਨੂੰ ਇਨਸਾਫ ਮਿਲ ਸਕੇ ਜੀ। ਬੂਟਾ ਸਿੰਘ ਜੀ, ਮੈਂ ਥੋੜ੍ਹਾ ਜਿਹਾ ਇਹਦੇ ਤੋਂ ਟੌਪਿਕ ਤੋਂ ਜੇ ਪਾਸੇ ਜਾ ਕੇ ਗੱਲ ਕਰਾਂ ਤਾਂ ਪਿੱਛੇ ਜਦੋਂ ਅਸੀਂ ਦੇਖਦੇ ਹਾਂ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਦੀ ਜਿਹੜੀ ਇੱਕ ਯੂਨਿਟੀ ਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਜਿਹੜੀ ਯੂਨਿਟੀ ਹੈਗੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਲਾਸਟ ਕਰੂਗੀ, ਅਤੇ ਕੀ ਜਦੋਂ ਸਿੱਖ ਕੌਮ ਉੱਥੋਂ ਪੰਜਾਬ ਦੇ ਵਿੱਚੋਂ ਲੀਡਰਸ਼ਿਪ ਦੀ ਆਸ ਕਰਦੀ ਹੈ ਤਾਂ ਕੀ ਉਹ ਜਿਹੜੀ ਲੀਡਰਸ਼ਿਪ ਹੈਗੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਨੂੰ ਇੱਕ ਇੱਕ ਥਰਡ ਫਰੰਟ ਦੇ ਰੂਪ ਦੇ ਵਿੱਚ ਮਿਲ ਸਕਦੀ ਹੈ? ਹਾਂ ਬਿਲਕੁਲ, ਮੈਂ ਸਮਝਦਾ ਕਿ ਬਿਲਕੁਲ ਮਿਲ ਸਕਦੀ ਹੈ। ਦੋਨੇ ਜਥੇਬੰਦੀਆਂ ਨੇ ਸੰਘਰਸ਼ ਲੜਿਆ ਸਿੱਖਾਂ ਦਾ ਜੀ, ਉੱਥੇ ਆਪਣੇ ਪਿੰਡੇ ਤੇ ਜ਼ੁਲਮ ਹੰਡਾਏ ਨੇ ਉਹਨਾਂ ਨੇ, ਤੇ ਮੈਂ ਤਾਂ ਇਕੱਲੇ ਉਹਨਾਂ ਦੀ ਗੱਲ ਨਹੀਂ ਕਰਦਾ, ਮੈਂ ਤਾਂ ਕਹਿੰਦਾ ਚਾਹੇ ਬਾਹਰ ਹੈ ਚਾਹੇ ਪੰਜਾਬ 'ਚ ਹੈ, ਤੁਹਾਨੂੰ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਕੋਈ ਮਿਨੀਮਮ ਪ੍ਰੋਗਰਾਮ ਬਣਾ ਕੇ ਇਕੱਠਿਆਂ ਨੂੰ ਕੰਮ ਕਰਨਾ ਚਾਹੀਦਾ। ਬਰਗਾੜੀ ਮੋਰਚੇ ਨੇ ਇੱਕ ਚੰਗਾ ਕੰਮ ਕੀਤਾ, ਸਾਡੇ ਪੰਥ ਨੂੰ ਇਕੱਠਾ ਕਰ ਦਿੱਤਾ ਜੀ। ਆਦਮ ਨਾਲੇ ਤੋਂ ਬਗੈਰ ਜਿਹੜਾ ਪੰਥ ਆ ਉਹ ਬਰਗਾੜੀ ਮੋਰਚੇ ਦੇ ਵਿੱਚ ਇਕੱਠਾ ਹੋ ਰਿਹਾ ਔਰ ਇੱਕ ਬਹੁਤ ਵੱਡੀ ਪੰਥ ਦੀ ਸ਼ਕਤੀ ਬਣ ਕੇ ਉਹ ਉਭਰੂਗਾ, ਉੱਥੇ ਮੈਨੂੰ ਇਹ ਆਸ ਹੈ ਜੀ। ਅਤੇ ਜਿਹੜੀ ਇੱਥੇ ਅਸੀਂ ਜਦੋਂ ਗੱਲ ਕਰਦੇ ਹਾਂ ਭਾਵੇਂ ਜੇ ਉਹ ਸਿੱਖਸ ਫੋਰ ਜਸਟਿਸ ਦੇ ਹਵਾਲੇ ਨਾਲ ਹੋਵੇ ਜਾਂ ਜਿਹੜੀਆਂ ਬਾਕੀ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਦੇ ਹਵਾਲੇ ਨਾਲ ਹੋਵੇ, ਤਾਂ ਕੀ ਇਸ ਸਾਰੇ ਪਾਰਟ ਦੇ ਵਿੱਚ ਸਾਰਿਆਂ ਦਾ ਰਿਸਪੌਂਸ ਮਿਲ ਰਿਹਾ ਪੋਜ਼ਿਟਿਵ? ਹਾਂ ਮੇਰਾ ਖਿਆਲ ਹੈ ਜੀ, ਦੇਖੋ ਬਰਗਾੜੀ ਦਾ ਮੋਰਚਾ ਤਾਂ ਹੈ ਸਾਡੇ ਗੁਰੂ ਵਾਸਤੇ ਲਾਇਆ ਗਿਆ,
ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਬੰਧਿਤ ਹੈ ਉੱਥੇ ਤਾਂ ਕੋਈ ਸਿੱਖ ਮੁਨੱਕਰੇ ਨਹੀਂ ਹੋ ਸਕਦਾ ਉਹਦੇ ਕੋਲੋਂ ਤਾਂ, ਤੇ ਉਹਦੇ ਲਈ ਤਾਂ ਸਪੋਰਟ ਮੇਰਾ ਖਿਆਲ ਆ ਵੀ ਸਾਰੇ ਹੀ ਕਰਨਗੇ, ਮੈਨੂੰ ਨੀ ਆਸ ਵੀ ਕੋਈ ਬਰਗਾੜੀ ਮੋਰਚੇ ਦੀ ਕੋਈ ਸਪੋਰਟ ਨਹੀਂ ਕਰੂਗਾ, ਸਾਰੇ ਤੁਰਨਗੇ ਜੀ। ਨਹੀਂ ਮੈਂ ਬਰਗਾੜੀ ਮੋਰਚੇ ਦੀ ਨੀ, ਮੈਂ ਜਿਹੜਾ ਇਹ 21 ਵਾਲਾ ਪ੍ਰੋਟੈਸਟ ਹੈਗਾ ਉਲੀਕਿਆ ਗਿਆ, ਇਹਦੇ ਵਿੱਚ ਕੀ ਸ਼ਮੂਲੀਅਤ ਹੋ ਰਹੀ ਹੈ? ਪ੍ਰੋਗਰਾਮ ਦੇ ਵਿੱਚ ਵੀ ਦੇਖੋ ਜੀ, ਹੁਣ ਸਾਡੀ ਟੈਲੀਕਾਨਫਰੰਸ ਹੋ ਕੇ ਹਟੀ ਆ, ਈਸਟ ਕੋਸਟ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਾਰੀਆਂ ਮਿਲ ਕੇ, ਜਥੇਬੰਦੀਆਂ ਵੀ ਸਾਰੀਆਂ ਮਿਲ ਕੇ ਪ੍ਰੋਗਰਾਮ ਕਰ ਰਹੀਆਂ ਜੀ। ਇਹਦੀਆਂ ਥੋੜੀਆਂ ਜਿਹੀਆਂ ਤੁਸੀਂ ਡਿਟੇਲਸ ਪ੍ਰੋਵਾਈਡ ਕਰ ਸਕਦੇ ਹੋ, ਜਿਹੜਾ 21 ਵਾਲਾ ਪ੍ਰੋਗਰਾਮ ਹੈਗਾ ਕਿੱਥੇ ਕਿੱਥੇ, ਜਿੱਥੇ ਨਾਰਥ ਅਮਰੀਕਾ ਦੇ ਵਿੱਚ ਸਾਡੇ ਨਾਲ ਦਰਸ਼ਕ ਜੁੜੇ ਹੋਏ ਆ ਉਹ ਕਿਸ ਹਿਸਾਬ ਨਾਲ ਕਿੱਥੇ ਕੰਟੈਕਟ ਕਰ ਸਕਦੇ ਆ, ਜਾਂ ਜਿਹੜੀਆਂ ਡਿਟੇਲਸ ਹੈਗੀਆਂ ਨੇ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਹੇ ਆ? ਜਿਹਨਾਂ ਨੂੰ ਤਾਂ ਨਿਊਯਾਰਕ ਮੈਸੀ ਪੈਂਦੀ ਆ ਜੀ, ਉਹ ਤਾਂ ਨਿਊਯਾਰਕ 11-2 64th ਸਟਰੀਟ ਤੇ 6th ਐਵਨਿਊ ਤੇ ਆਉਣਗੇ ਜੀ। ਜਿਵੇਂ ਆਪਣਾ ਵਾਸ਼ਿੰਗਟਨ ਵਰਜੀਨੀਆ, ਮੈਰੀਲੈਂਡ, ਨੌਰਥ ਕਰੋਲਾਇਨਾ, ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਜਾਣਗੇ। ਇਸੇ ਤਰ੍ਹਾਂ ਸ਼ਿਕਾਗੋ, ਓਹਾਇਓ, ਇੰਡੀਆਨਾ, ਵਿਸਕਾਨਸਨ, ਇਹ ਸਾਰੀਆਂ ਸਟੇਟਾਂ ਸ਼ਿਕਾਗੋ ਦੇ ਵਿੱਚ ਜਾਣਗੇ। ਇਸੇ ਤਰ੍ਹਾਂ ਉੱਧਰ ਹੂਸਟਨ ਦੇ ਵਿੱਚ, ਲੂਸੀਆਨਾ ਜਾਂ ਟੈਕਸਸ ਵਾਲੇ, ਉਹ ਸਾਰਾ ਜਿਹੜਾ ਹੂਸਟਨ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਇਸ ਤਰੀਕ ਨੂੰ ਜੀ। ਇਸੇ ਤਰ੍ਹਾਂ ਵੈਸਟ ਦੇ ਵਿੱਚ ਆਪਣੇ ਨਵਾਡਾ ਜਾਂ ਓਰੇਗਨ, ਬੂਟਾ ਸਿੰਘ ਜੀ, ਜਦੋਂ ਅਸੀਂ ਪੰਜਾਬ ਦੇ ਵਿੱਚ ਨਜ਼ਰ ਮਾਰਦੇ ਹਾਂ ਤੇ ਇਸ ਬਰਗਾੜੀ ਮੋਰਚੇ ਦੇ ਵਿੱਚ ਜ਼ਰੂਰ ਜਿਹੜੀਆਂ ਸਿੱਖ ਸੰਗਤਾਂ ਹੈਗੀਆਂ ਨੇ ਉਹ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ, ਪਰ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਹੋਰ ਭਾਈਚਾਰੇ ਹੈਗੇ ਆ ਉਹਨਾਂ ਦੀ ਸ਼ਮੂਲੀਅਤ ਵੀ ਇਹਦੇ ਵਿੱਚ ਜ਼ਰੂਰੀ ਹੈ, ਭਾਵੇਂ ਉਹ ਦਲਿਤ ਭਾਈਚਾਰਾ ਹੋਵੇ, ਮੁਸਲਮਾਨ ਜਿਹੜੀ ਕਮਿਊਨਿਟੀ ਹੈਗੀ ਹੈ ਉਹ ਹੋਣ, ਤਾਂ ਇੱਕ ਜਿਹੜਾ ਸਾਂਝੇ ਤੌਰ ਦੇ ਉੱਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਹੈਗਾ ਸਾਂਝੀਵਾਲਤਾ ਦਾ, ਉਹ ਵੀ ਲੋਕਾਂ ਤੱਕ ਜਾਵੇ ਤੇ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਹੈ, ਕਿਤੇ ਨਾ ਕਿਤੇ ਉਹਦੇ ਵਿੱਚ ਕਮੀ ਨਹੀਂ ਨਜ਼ਰ ਆਉਂਦੀ? ਮੈਨੂੰ ਲੱਗ ਰਿਹਾ ਜੀ, ਦੇਖੋ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਇਹ ਬਰਗਾੜੀ ਦੇ ਵਿੱਚ ਮੋਰਚਾ ਲੱਗਾ ਹੈਗਾ, ਉਹਦੇ ਵਿੱਚ ਬਾਹਮਣ ਮੀਸ਼ਰਾਮ ਜਿਹੜੇ ਬਾਮ ਸੇਫ ਦੇ ਦਲਿਤਾਂ ਦੀ ਬਹੁਤ ਵੱਡੀ ਦਲਿਤ ਜਥੇਬੰਦੀ ਆ, ਉਹਨਾਂ ਦੇ ਪ੍ਰਧਾਨ ਵੀ ਜਾ ਚੁੱਕੇ ਨੇ, ਬਸਪਾ ਦੇ ਪ੍ਰਧਾਨ ਵੀ ਉੱਥੇ ਜਾ ਚੁੱਕੇ ਨੇ ਜੀ, ਕੋਈ ਹਿੰਦੂਆਂ ਦੀਆਂ ਆਰਗੇਨਾਈਜੇਸ਼ਨਾਂ ਵੀ ਜਾ ਚੁੱਕੀਆਂ ਨੇ ਤੇ ਮੁਸਲਮਾਨਾਂ ਦੀਆਂ ਆਰਗੇਨਾਈਜੇਸ਼ਨਾਂ ਵੀ ਉੱਥੇ ਜਾ ਚੁੱਕੀਆਂ ਨੇ, ਉੱਥੇ ਕ੍ਰਿਸਚਨਾਂ ਦੀਆਂ ਵੀ ਆਰਗੇਨਾਈਜੇਸ਼ਨਾਂ ਜਾ ਚੁੱਕੀਆਂ ਨੇ। ਸੋ ਮੇਰਾ ਖਿਆਲ ਆ ਕਿ ਸਾਰੀਆਂ ਜਿੰਨੀਆਂ ਕੁ ਆਰਗੇਨਾਈਜੇਸ਼ਨਾਂ ਆ ਬਾਕੀ ਧਰਮਾਂ ਦੀਆਂ ਵੀ ਉੱਥੇ ਟਾਈਮ ਟੂ ਟਾਈਮ ਜਿਹੜੀਆਂ ਜਾਂਦੀਆਂ ਨੇ, ਤੇ ਕਿਉਂਕਿ ਬ੍ਰਾਹਮਣ ਮਿਸ਼ਰਾ ਹੋਣਾ ਨੇ ਤਾਂ ਸਾਨੂੰ ਇਹ ਕਿਹਾ ਸੀ ਕਿ ਮੈਨੂੰ ਦੱਸੋ ਮੈਂ ਕੀ ਲੜਾਈ ਹੈ ਭਾਰਤ ਦੇ ਦੂਸਰਿਆਂ ਪ੍ਰਾਂਤਾਂ ਵਿੱਚ ਲਿਜਾ ਸਕਾਂ ਜੀ। ਸੋ ਮੇਰਾ ਖਿਆਲ ਹੈ ਜੇ ਸਰਕਾਰ ਤੋਂ ਇਨਸਾਫ਼ ਨਾ ਮਿਲਿਆ ਤੇ ਜਿਹੜੀ ਲੜਾਈ ਹੈ ਭਾਰਤ ਦੇ ਦੂਜੇ ਸੂਬਿਆਂ 'ਚ ਵੀ ਜਾਊਗੀ ਤੇ ਬਾਹਰ ਆਪਾਂ ਇੱਥੇ ਸਾਰੇ ਸਿੱਖ ਬੈਠੇ ਹਾਂ। ਮੈਂ ਤਾਂ ਕਹਿੰਦਾ ਹਰ ਇਨਸਾਫ਼ ਪਸੰਦ ਕਹਿੰਦੇ ਸਿੱਖ ਨੂੰ, ਗੁਰੂ ਗ੍ਰੰਥ ਸਾਹਿਬ ਇੱਕ ਮਾਨਵਤਾ ਦੇ ਗੁਰੂ ਨੇ, ਹਰ ਧਰਮ ਦਾ ਹਰ ਨਸਲ ਦੇ ਬੰਦੇ ਨੂੰ ਇਹ ਸਾਡਾ ਸਾਥ ਦੇਣਾ ਚਾਹੀਦਾ ਇਹਦੇ ਵਿੱਚ ਰਲ ਮਿਲ ਕੇ, ਤਾਂ ਕਿ ਸਾਨੂੰ ਇਨਸਾਫ਼ ਗੁਰੂ ਗ੍ਰੰਥ ਸਾਹਿਬ ਵਾਸਤੇ ਇਨਸਾਫ਼ ਮਿਲ ਸਕੇ ਜੀ। ਬਿਲਕੁਲ। ਸੋ ਬੂਟਾ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਇਸ ਸਾਰੇ। ਮੈਂ ਦੁਬਾਰਾ ਫਿਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੀ, ਨਿਮਰਤਾ ਸਾਹਿਬ ਜਿੱਥੇ ਜਿੱਥੇ ਵੀ ਪ੍ਰੋਟੈਸਟ ਮਾਰਚ 21 ਤਰੀਕ ਨੂੰ ਹੋ ਰਹੇ ਨੇ, ਬੱਚਿਆਂ ਨੂੰ ਛੁੱਟੀਆਂ ਨੇ ਇਹਨਾਂ ਦਿਨਾਂ ਦੇ ਵਿੱਚ, ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਜਾਓ ਤਾਂ ਕਿ ਹੋਰ ਵੀ ਚੰਗਾ ਪ੍ਰਭਾਵ ਬਣਦਾ, ਸਾਡੇ ਇਸ ਪ੍ਰੋਟੈਸਟ ਕਰਨ ਤੋਂ ਬਾਅਦ ਪੰਜਾਬ ਵਾਲਿਆਂ ਨੂੰ ਹੌਸਲਾ ਮਿਲਦਾ ਜੀ। ਮੇਰੀ ਤਾਂ ਇਹੀ ਬੇਨਤੀ ਆ ਕਿ 21 ਤਰੀਕ ਨੂੰ ਹਮ ਹਮ ਆ ਕੇ ਪਹੁੰਚੋ ਸਾਰੇ।
ਜੀ ਬੂਟਾ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਊਰਸ ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਜਿਹੜੇ ਕਨਵੀਨਰ ਨੇ ਸਰਦਾਰ ਬੂਟਾ ਸਿੰਘ ਖੜਾਉਦ ਉਹਨਾਂ ਦੇ ਨਾਲ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਜਿਵੇਂ ਉਹਨਾਂ ਨੇ ਦੱਸਿਆ ਕਿ 21 ਤਰੀਕ ਨੂੰ 21 ਅਗਸਤ ਨੂੰ ਆਉਂਦੇ ਮੰਗਲਵਾਰ ਨੂੰ ਜਿਹੜੇ ਪ੍ਰੋਟੈਸਟ ਹੈਗੇ ਆ ਉਹ ਬਰਗਾੜੀ ਇਨਸਾਫ ਮੋਰਚੇ ਦੀ ਹਮਾਇਤ ਦੇ ਵਿੱਚ ਇੱਥੇ ਬਾਹਰ ਅਮਰੀਕਾ ਕੈਨੇਡਾ ਦੇ ਵਿੱਚ ਭਾਰਤ ਦੀਆਂ ਜਿਹੜੀਆਂ ਅੰਬੈਸੀਆਂ ਅਤੇ ਕੌਂਸਲੇਟ ਹੈਗੇ ਉਹਨਾਂ ਦੇ ਬਾਹਰ ਉਲੀਕੇ ਜਾ ਰਹੇ ਆ ਸੋ ਇੱਥੇ ਹੀ ਇਸ ਸ਼ੋਅ ਦੇ ਵਿੱਚ ਅਸੀਂ ਅੱਜ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਤਦ ਤੱਕ ਲਈ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ